किसी भी धार्मिक समागम खेड मेले ते सभ्याचारक मेलियां दी कवरेज लई संपर्क करो 98150-23068 98150-23068। बीती 14 अप्रैल नूं विश्व भर विच खालसे दा साजना दिवस विसाखी दा दिहाड़ा बहुत ही प्यार सत्कार ते उत्साह नाल मनाया गया। इसे लड़ी तहत जिला गुरदासपुर के बहुत ही इतिहासक पिंड निक्के घूमना विखे स्थित गुरद्वारा तप स्थान संत बाबा हजारा सिंह जी विखे भी विसाखी दिहाड़ा बहुत ही प्यार सत्कार ते उत्साह नाल मनाया गया। ये सारे समागम श्री गुरु ग्रंथ साहिब जी की छत्रछाया हेठ अते इस गुरद्वारा साहिब के मुख सेवादार संत बाबा अमरीक सिंह जी निक्के घूमना वालियां दी सरप्रस्ती हेठ समूह संगतां दे सहयोग नाल करवाए गए। अमृत वेले तो ही संगतां इस पवित्र स्थान ते नतमस्तक होण वास्ते हजारां दी तादाद विच पहुंचियां। सतनाम वाहे गुरु, 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 वाहे गुरु, वाहे गुरु, वाहे वाहे गुरु, 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 सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु। पवित्र सरोवर विच इशनान करके संगतां ने शरीरक तंदुरुस्ती लई अरदास बेनती कीती। अमृत वेले तो ही मनोहर गुरबाणी दे कीर्तन गुरद्वारा साहिब विखे आरंभ कीते गए। गुरद्वारा साहिब विखे भाई अमरजीत सिंह अनमोल, भाई सरदूल सिंह हजूरी रागी गुरद्वारा तप स्थान निक्के घूमना वालिया ने मनोहर गुरबाणी का कीर्तन करके आईया संगतां नूं निहाल कीता। उपरंत श्री गुरु ग्रंथ साहिब जी की छत्रछाया हेठ खुले दवान सजाए गए। इन्हां दवानां विच पंथ दे प्रसिद्ध रागी ढाडी कवीशरी जथियां अते कथावाचकां ने पहुंच के संगतां नूं परमार्थ दे रस्ते ते चलण लई प्रेरित कीता। Thank you.
ਇਹਨਾਂ ਦਵਾਨਾਂ ਵਿੱਚ ਹੀ ਬਾਬਾ ਤਰਨਜੀਤ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਵਾਸਤੇ ਪ੍ਰੇਰਿਤ ਕੀਤਾ। ਅਸੀਂ ਕੀ ਕਹਿੰਦੇ ਹਾਂ, ਅਸੀਂ ਉਸ ਚੀਜ਼ ਦਾ ਮਤਲਬ ਅੰਤ ਕੱਢ ਲੈਂਦੇ ਹਾਂ। ਗੁਰੂ ਨਾਨਕ ਨੇ ਸ਼ਰਾਪ ਦੇ ਦਿੱਤਾ, ਗੁਰੂ ਨਾਨਕ ਵਰਗਾ ਬੰਦਾ, ਤੁਹਾਨੂੰ ਪਤਾ ਗੁਰੂ ਨਾਨਕ ਗਏ ਕਿਉਂ ਸੀ? ਉੱਥੇ ਕੋਲੇ ਦੇ ਪਿੰਡ ਪਹਿਲੀ ਵਾਰ ਗਏ, ਇਸ ਕਰਕੇ ਸੀ। ਹਮਜ਼ਾ ਕੌਣ ਸੀ? ਫਕੀਰ ਸੀ, ਇੱਕ ਸੇਠ ਦੇ ਘਰ ਬੱਚਾ ਨਹੀਂ ਸੀ ਹੁੰਦਾ। ਹਮਜ਼ਾ ਉਹਨੇ ਬੜੇ ਪੀਰ ਫਕੀਰ ਹੈ ਤੇ ਹਿੰਦੂ ਸੀ, ਉਹਨੇ ਬੜੇ ਸੰਤਾਂ ਕੋਲ ਗਿਆ, ਕਿਸੇ ਕੋਲੋਂ ਗੱਲ ਨਾ ਬਣੀ। ਹਮਜ਼ਾ ਗੌਸ ਕੋਲ ਗਿਆ, ਹੈ ਤੇ ਮੁਸਲਮਾਨ ਸੀ, ਬੰਦਾ ਸੋਚਦਾ ਵੀ ਚਲੋ ਇਹਨਾਂ ਕੋਲ ਵੀ ਹੋਵਾ ਹੀ ਹੈ। ਹਮਜ਼ਾ ਗੌਸ ਦੇ ਚਰਨਾਂ 'ਚ ਬੇਨਤੀ ਕੀਤੀ, ਜੀ ਆ ਮੇਰੇ ਘਰ ਲੜਕਾ ਨਹੀਂ, ਪੁੱਤਰ ਕੋਈ ਨਹੀਂ, ਤੇ ਬਖਸ਼ਿਸ਼ ਕਰੋ। ਹਮਜ਼ਾ ਗੌਸ ਕਹਿੰਦੇ ਤਿੰਨ ਹੋਣਗੇ ਤੇਰੇ ਘਰ, ਤਿੰਨ ਬੱਚੇ ਹੋਣਗੇ, ਤਿੰਨ ਪੁੱਤਰ ਹੋਣਗੇ, ਦੋ ਰੱਖ ਲਈ, ਇੱਕ ਮੈਨੂੰ ਦੇ ਦੇ। ਏਦਾਂ ਕੀਤਾ ਤੇ ਤਿੱਤਰ ਉੱਡ ਗਿਆ, ਤਿੱਤਰ ਜੀਂਦਾ ਹੋ ਗਿਆ, ਤਿੱਤਰ ਜੀਂਦਾ ਹੋ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵੇਲੇ ਕਹਿੰਦੇ ਨੇ, ਜਿਹਦੇ 'ਚ ਤੇ ਆਹ ਤਾਕਤ ਹੈ ਦੁਬਾਰਾ ਜਿੰਦਾ ਕਰਨ ਦੀ, ਉਹ ਤੇ ਛਕੇ ਦੂਜਾ ਬਚੇ, ਉਹ ਛਕੇ ਜਿਹਦੇ 'ਚ ਆਹ ਤਾਕਤ ਹੈ ਦੂਜਾ ਬਚੇ। ਪਰ ਵੇਖੋ ਗੁਰਮੁਖੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਕੀ ਹੈ? ਇਹ ਵਿਚਾਰਧਾਰਾ ਸਿੱਖ ਧਰਮ ਦੀ ਨਹੀਂ। ਇੱਥੇ ਇਹ ਨਹੀਂ, ਸਤਿਗੁਰੂ ਨੇ ਇਹ ਨਹੀਂ ਆਖਿਆ ਕਿ ਮੇਰੇ 'ਚ ਛਕਦੀ ਹੈ, ਮੈਂ ਛਕ ਸਕਣਾ। ਸਤਿਗੁਰੂ ਉਹ ਨੇ ਜਿਹੜੇ ਸਰਸਾ ਕੰਨੇ ਤੇ ਕਿੰਨੀਆਂ ਲੱਖਾਂ ਦੀਆਂ ਫੌਜਾਂ ਪਿੱਛੇ ਚੜੀਆਂ ਨੇ, ਪਿੱਛੇ ਫੌਜ ਆ ਰਹੀ ਹੈ। ਸਤਿਗੁਰੂ ਉੱਥੇ ਬੈਠੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਿਖਾ ਰਹੇ ਨੇ, ਖਾਲਸਾ ਜੀ ਮੈਂ ਤੁਹਾਡਾ ਗੁਰੂ ਹਾਂ, ਜਦੋਂ ਮੈਨੂੰ ਨਿਤਨੇਮ ਦੀ ਲੋੜ ਹੈ, ਤੁਹਾਨੂੰ ਕਿਹੜੀ ਲੋੜ? ਦਸ਼ਮੇਸ਼ ਦੀਆਂ ਖੁਸ਼ੀਆਂ ਲੈਣੀਆਂ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ। ਇਹਨਾਂ ਦੀਵਾਨਾਂ ਵਿੱਚ ਤਰਸੇਮ ਸਿੰਘ ਘੁੰਮਣ ਨੇ ਸਟੇਜ ਸਕੱਤਰ ਦੀ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਅਤੇ ਸੰਗਤਾਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਵੀ ਵਧਾਈ ਦਿੱਤੀ। ਕਿਸੇ ਵੀ ਧਾਰਮਿਕ ਸਮਾਗਮ, ਖੇਡ ਮੇਲੇ ਤੇ ਸੱਭਿਆਚਾਰਕ ਮੇਲਿਆਂ ਦੀ ਕਵਰੇਜ ਲਈ ਸੰਪਰਕ ਕਰੋ 98 150 23 068 98 150 23 068। ਸ਼ਾਮ ਵੇਲੇ ਬਾਬਾ ਅਮਰੀਕ ਸਿੰਘ ਅਤੇ ਬਾਬਾ ਤਰਨਜੀਤ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੀ ਸਰਪ੍ਰਸਤੀ ਹੇਠ ਇੱਕ ਕਬੱਡੀ ਕੱਪ ਦਾ ਵੀ ਆਯੋਜਨ ਕੀਤਾ ਗਿਆ। ਇਸ ਕਬੱਡੀ ਕੱਪ ਵਿੱਚ ਖਾਲਸਾ ਮਾਝਾ ਅਕੈਡਮੀ ਜਲੰਧਰ, ਗੁਰੂ ਰਾਮਦਾਸ ਅਕੈਡਮੀ ਅੰਮ੍ਰਿਤਸਰ, ਅੰਬੀ ਹਠੂਰ ਕਲੱਬ ਮੋਗਾ ਅਤੇ ਮੀਰੀ ਪੀਰੀ ਅਕੈਡਮੀ ਕਪੂਰਥਲਾ ਦੇ ਵਿਚਕਾਰ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਪਹਿਲਾ ਮੁਕਾਬਲਾ ਗੁਰੂ ਰਾਮਦਾਸ ਅਕੈਡਮੀ ਅੰਮ੍ਰਿਤਸਰ ਅਤੇ ਮੀਰੀ ਪੀਰੀ ਅਕੈਡਮੀ ਕਪੂਰਥਲਾ ਦੇ ਵਿਚਕਾਰ ਹੋਇਆ। ਇਹਨਾਂ ਟੀਮਾਂ ਨਾਲ ਸੰਤ ਬਾਬਾ ਅਮਰੀਕ ਸਿੰਘ ਜੀ ਅਤੇ ਹੋਰ ਪਤਵੰਤ ਤੇ ਸੱਜਣਾਂ ਨੇ ਜਾਣ ਪਛਾਣ ਕੀਤੀ ਅਤੇ ਇਹਨਾਂ ਮੈਚਾਂ ਦੀ ਸ਼ੁਰੂਆਤ ਕਰਵਾਈ।
ਜਿਸ ਵਿੱਚ ਕਪੂਰਥਲਾ ਕਲੱਬ ਨੇ ਜਿੱਤ ਪ੍ਰਾਪਤ ਕੀਤੀ। ਦੂਸਰਾ ਮੁਕਾਬਲਾ ਖਾਲਸਾ ਮਾਝਾ ਅਕੈਡਮੀ ਅਤੇ ਅੰਬੀ ਹਠੂਰ ਕਲੱਬ ਮੋਗਾ ਦੇ ਵਿਚਕਾਰ ਹੋਇਆ। ਦੋਵਾਂ ਹੀ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਅਗਲੀ ਕਬੱਡੀ ਗੋਰਾ ਮੰਮਣ ਨੌਜਵਾਨ ਦੇ ਡੌਲੇ ਨਜ਼ਰੀ ਆ ਰਹੇ ਹੈ ਤੇ ਸਰੀਰ ਫਰਕਦਾ ਹੈ, ਖੇਡਣ ਵਾਲੇ ਨੂੰ ਪੂਰਾ ਜੋਸ਼ ਚੜਦਾ। ਕਬੱਡੀ ਐਸਾ ਰੰਗ ਪੰਜਾਬ ਦਾ ਏ ਜਹਾਨ ਯਾਰਾ, ਕਬੱਡੀ ਵਿੱਚ ਦਿਮਾਗ ਲੱਗਦਾ ਨਾਲੇ ਲੱਗਦਾ ਜ਼ੋਰ ਬੇਹਿਸਾਬ ਦਾ ਏ। ਆ ਨੌਜਵਾਨ ਇਹ ਆ ਧਰਮ ਸਿੰਘ ਪੂਰਾ ਨਾਮ ਹੈ ਤੇ ਦੰਦੂਪੁਰ ਪਿੰਡ ਹੈ, ਪਹਿਲਵਾਨੀ ਵੀ ਕਰਦਾ ਹੈ, ਕਪੂਰਥਲੇ ਜ਼ਿਲ੍ਹੇ ਦਾ ਨੌਜਵਾਨ ਧਰਮਾ ਦੰਦੂਪੁਰੀਆ। ਅਗਲੀ ਰੇਡ ਪਾਉਂਦਾ ਹੋਇਆ ਮਾਰੀ ਹੋਈ ਥਾਪੀ, ਫਲਾਈਆਂ ਹੋਈਆਂ ਬਾਹਾਂ, ਇੱਕ ਪਾਸੇ ਗੁਰਜੰਟ ਠਹਿਰਿਆਂ ਵਾਲਾ, ਸਾਹਮਣੇ ਨੌਜਵਾਨ ਕੁਲਦੀਪ ਸਿੰਘ ਸ਼ਿਕਾਰ ਮਾਸ਼ੀਆਂ ਜਿਹਨੂੰ ਪਿਆਰ ਦੇ ਨਾਲ ਛੱਬੀ ਕਹਿੰਦੇ ਆ। ਤੇਰਾ ਦੂਣਾ ਛੱਬੀ ਆ, ਤੂੰ ਛੱਬੀ ਰਹਿਣ ਦੇ, ਜਿੱਥੇ ਸਾਡੀ ਲੱਗੀ ਆ ਤੂੰ ਲੱਗੀ ਰਹਿਣ ਦੇ। ਮਾਰ ਦਿਓ ਤਾੜੀਆਂ, ਮਾਰ ਦਿਓ ਤਾੜੀਆਂ। ਇੱਧਰ ਹਰਪ੍ਰੀਤ ਸਿੰਘ ਰੌਲੀ ਪਿੰਡ ਵਾਲਾ, ਮੋਗੇ ਜ਼ਿਲ੍ਹੇ ਦੇ ਵਿੱਚ ਰੌਲੀ ਪਿੰਡ ਹੈ ਇਸ ਨੌਜਵਾਨ ਦਾ। ਹਰਪ੍ਰੀਤ ਰੌਲੀ ਵਾਲੇ ਦੀ ਕਬੱਡੀ ਹੈ, ਜਾਫੀਆਂ ਦੇ ਵਿੱਚ ਪਰਲੇ ਪਾਸੇ ਖਹਿਰਿਆਂ ਵਾਲਾ ਗੁਰਜੰਟ ਹੈ, ਦੋ ਨੰਬਰ 'ਤੇ ਗੋਸਲਾ ਵਾਲਾ ਮੱਲੀ ਹੈ, ਗਾਜਪੁਰ ਵੇਲੇ ਦੇ ਕਬੱਡੀ ਕੱਪ ਦਾ ਸਰਬੋਤਮ ਜਾਫੀ ਹੈ। ਜੱਫਾ ਲਾਉਂਦਾ ਹੋਇਆ ਪੱਟੀ ਹੋਈ ਖੁੱਚ, ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਏ, ਕਬੱਡੀ ਵਿੱਚ ਢਾਕ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਸਭ ਲੱਗਦੇ, ਖਾ ਕੇ ਖੁਰਾਕ ਮਿੱਤਰੋ। ਫਿਰ ਅਮਨ ਥਿਗਲੀ ਦੇ ਵਾਂਗੂ ਕਵੀ ਲਿਖਦੇ ਹੈ ਕਿ ਅਮਨ ਥਿਵਲ ਥਿਗਲੀ ਜਾਫੀ ਅੱਤਦਾ ਏ, ਜਿਹੜਾ ਦਿਲਾਂ ਉੱਤੇ ਕਰਦਾ ਏ ਰਾਜ, ਨਾਮ ਅਮਨਪ੍ਰੀਤ ਹੈ ਉਸਦਾ। ਲੋਕੀ ਕਹਿਣ ਜਹਾਜ਼, ਜੱਫਿਆਂ ਦੇ ਵਿੱਚ ਕੀਤਾ ਉਹਨੇ ਰੇਡਰਾਂ ਨੂੰ ਜਦ ਬੰਦ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲਿਆਂਦਾ ਪੂਰਾ ਆਨੰਦ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲਿਆਂਦਾ ਪੂਰਾ ਆਨੰਦ। ਅਮਨ ਥਿਗਲੀ ਵਾਲਿਆ ਬੋਲਣਾ ਭਾਵੇਂ ਮੱਖਣ ਅਲੀ ਨੇ ਹੋਵੇ, ਪਰ ਲਾਹੌਰ ਲਿਖਾਉਂਦਾ ਸੁਖਬੀਰ ਜਹਾਨ ਦੇ ਕੋਲੋਂ ਹੀ ਹੈ, ਪੁਆਇੰਟ ਰੇਡਰ ਦੇ ਖਾਤਰ ਵਿੱਚ ਜੁੜਦਾ ਹੋਇਆ। ਇਸੇ ਦੌਰਾਨ ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਭਾਗੋ ਵਾਲੀਏ ਵਿੱਚ ਦੀਵਾਨੀ ਲਾਉਂਦੇ ਤਾਰਾਂ ਦੇ, ਵਿੱਚ ਘੁੰਮਣਾਂ ਦੇ ਹੋ ਰਹੀਆਂ ਅੱਜ ਜੈ ਜੈਕਾਰਾਂ ਦੇ, ਬਾਗੋ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਮਹਾਨ ਤਪੱਸਿਆ ਨੂੰ ਅੱਜ ਸਾਜਦਾ ਕਰਦੀਆਂ ਸੰਗਤਾਂ। ਆ ਬਾਪੂ ਛੁੱਟਣ ਦੀ ਗੱਲ ਕਰਦਾ ਹੋਇਆ, ਅਗਰ ਪਗਲਾ ਭਰਦਾ ਆ ਬਲੀ, ਔਰ ਵੇਖਣਾ ਕੀ ਗੱਲ ਹੁੰਦੀ ਹੈ, ਕਿਤ ਸਫ਼ਰ ਤੇ ਰਹਿਣਾ ਇਹੀ ਕਿਸਮਤ ਰਾਹੀ ਦੀ, ਹੋਵੇ ਭਾਵੇਂ ਤੇ ਭਾ ਮੱਲੋ। ਬਾਪੂ ਕੋਲੇ ਕੋਲੇ ਕਦਮ ਟਿਕਾਉਂਦਾ, ਅਗੋਂ ਕੌਣ ਰੋਕਣ ਦੀ ਗੱਲ ਕਰਦਾ, ਆ ਚਾਰ ਬਾਪੂ ਮਾਰਦੇ ਆ ਪੱਟਾਂ ਤੇ ਥਾਪੀਆਂ। ਇੱਕ ਜਣੇ ਨੇ ਫੜਨ ਦੀ ਗੱਲ ਕਰ ਲਈ ਹੈ, ਮੇਰਾ ਗੇਰ ਗੱਡੀ ਦਾ ਅੜ ਗਿਆ, ਧੱਕਾ ਲਾਉਂਦੀ ਨੂੰ ਸਾ ਚੜ ਗਿਆ। ਬਹੁਤ ਹੀ ਸੰਘਰਸ਼ਪੂਰਨ ਹੋਏ ਮੁਕਾਬਲੇ ਵਿੱਚ ਭਾਮ ਦੀ ਟੀਮ ਜੇਤੂ ਰਹੀ। ਹਜ਼ਾਰਾਂ ਦੀ ਤਾਦਾਦ ਵਿੱਚ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਇਸ ਕਬੱਡੀ ਕੱਪ ਦਾ ਆਨੰਦ ਮਾਣਿਆ। ਹੋਰ ਵੀ ਪਹੁੰਚੇ ਹੋਏ ਖਿਡਾਰੀਆਂ ਨੇ ਆਪਣੇ ਖੇਡ ਕਰਤੱਬਾਂ ਦਾ ਪ੍ਰਦਰਸ਼ਨ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਹੋਏ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ। ਪੰਜਾਬ ਦੀ ਧਰਤੀ ਗਬਰੂ ਪੰਜ ਦਰਿਆਵਾਂ ਦੇ, ਰੋਗ ਫੇੜ ਤੂਫਾਨ ਹਵਾਵਾਂ ਦੇ, ਔਰ ਦੋ ਕੁਇੰਟਲ ਦੇ ਗਰੀਬ ਬੇਟੇ ਨੌਜਵਾਨ ਚਾਕੇ ਦਿਖਾਉਂਦਾ ਹੋਇਆ, ਔਰ ਤਾੜੀਆਂ ਦੇ ਨਾਲ ਨੌਜਵਾਨ ਦਾ ਵੱਡਾ ਮਾਣ, ਔਰ ਇਸ ਨੌਜਵਾਨ ਦਾ ਵੱਡਾ ਮਾਣ। ਬਾਜਾਂ ਵਾਲੇ ਨੇ ਬਾਬਾ ਤਰਨਜੀਤ ਸਿੰਘ ਜੀ ਚਮਕੌਰ ਸਾਹਿਬ ਦੀ ਧਰਤੀ ਤੇ ਤਾੜੀ ਮਾਰੀ ਸੀ, ਕਿਹਾ ਗੁਰਾਂ ਨੇ ਸਿੱਖਾਂ ਦਾ ਗੁਰੂ ਚੱਲਿਆ, ਚਮਕੌਰ ਗੜੀ ਚੋਂ ਨਿਕਲੇ ਮਾਰ ਤਾੜੀ, ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ, ਸਿੱਖ ਪੰਥ ਦਾ ਬਣ ਗਈ ਸਤਿਕਾਰ ਤਾੜੀ, ਬਿੱਟੂ ਮੂਸਿਆਂ ਵਾਲਿਆ ਤਾੜੀ ਵੱਜਦੀ ਖੁਸ਼ੀ, ਮੌਕੇ ਦਿੱਤੀ ਗੁਰਾਂ ਨੇ ਦੁੱਖ ਵੇਲੇ ਮਾਰ ਤਾੜੀ। ਕੁਲਦੀਪ ਮਾਣਕ ਇਹ ਜੱਫਿਆਂ ਵਾਲਾ ਮਾਣਕ ਹੈ, ਇੱਕ ਕੁਲਦੀਪ ਮਾਣਕ ਪੰਜਾਬ ਦਾ ਲੋਕ ਗਾਇਕ ਹੋਇਆ, ਜਿਹਨੇ ਕਿਹਾ ਸੀ ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ। ਇਹਨੇ ਵੀ ਆਪਣੇ ਡੌਲੇ ਤੇ ਆਪਣੇ ਪਿਤਾ ਜੀ ਦੀ ਫੋਟੋ ਖਣਵਾਈ ਹੈ, ਸੱਚ ਸਿਆਣੇ ਆਹ ਗਏ ਰੱਬ ਜਹੀ ਸੱਚਾਈ ਜਾਪੇ, ਤਿੰਨ ਰੰਗ ਨਹੀਂ ਲੱਭਣੇ ਬੀਬਾ,
हुसन जवानी ते मापे रेशम जामा राए अगली रेड पौंदा है। उड़दे परिंदियां ने अपने आलणियां वल नूं जाना शुरू कर दिता है। भगत लोग कहिंदे आ कि रह रस दा वेला हो गया, तो दुनियावी लोग कहिंदे आ गलासी लाउण दा वेला हो गया है। नौजवान कहता कि मेरा पॉइंट लैण दा वेला हो गया, ताड़ी मार दिओ इहनां लई। अखीर विच वारी आई फाइनल मुकाबले की। फाइनल मुकाबला खालसा माझा अकैडमी अते मीरी पीरी क्लब कपूरथला दे विचकार होया। लोकी इहनूं अमन कहिंदे, नाम इहदा जहाज जफे ला के की करदा इह, दिलां उत्ते राज। फाइनल मैच 6 जफे ला के कीता रेडरां नूं जफ्यां दे विच बंद, आनंदपुर विच बहत बन के लियांदा पूरा आनंद। इधर नौजवान दा हुशियारपुर जिले दे विच नंगल जमाल पिंड है, ये पप्पा नंगल जमाल जोर दे नाल पॉइंट लैंदा। बाबा नानक भी जोर दीआं गल्लां करदा, नौजवानों जोर ना सुरती ज्ञान विचार, जोर ना युगती छूटे संसार। पॉइंट रेडर दा हो गया है। आ नौजवान जफा लाउंदा है, ये आ बलैतिया संगोजले वाला बलैतिया। चिर नहीं बंदा इंसान बनता, जेकर बंदे दे विच मैं आ जाए बंदा इंसान तो फिर शैतान बनता। मेहर दीना जे रब दी मेहर होवे बंदा आन के जग ते पहलवान बनता। चक्का वालिया मन्ना सामने जोर रमीदी वाले ने कपूरथलिए नौजवान ने खुच पट्टी है, गुरदासपुरी गबरू नू जफा लाता है। लगी हुई कैंची फिर सेंट्रल जेल होंदी है। बगाने पुत जोर लवा के बेल सिट देने चकले दे उत्ते जिवें रोटी बेल होंदी है, ताड़ी मार दिओ नौजवानों। अगली कबड्डी रेशम जामा राए तरन तारन जिले की धरती जिथे सिखी ने जन्म लिया, जिथे कबड्डी ने जन्म लिया, पैदा हुई इलाके विच सरहदी जोड़ लड़ींदी नाए खदी। बहु खेडा दा मिश्रण रब्बी, माँ खेड है रब सबबी, डेरा पठाना वाला बीता नहीं जफा ला सकिया। अखीर विच खालसा माझा अकैडमी ने जित प्राप्त की। प्रसिद्ध कमेंटेटर सुखवीर सिंह चौहान ने इन्हां मैचां विच कमेंटरी करके हजारां दी तादाद विच पहुंचे हुए खेड प्रेमियों का भरपूर मनोरंजन किया। इसे दौरान प्रसिद्ध कबड्डी खिडारी शिंदा भोजराज नूं बाबा अमरीक सिंह बाबा तरनजीत सिंह वल्लों मोटरसाइकिल दे के सन्मानित किया गया। जेतू अते उपजेतू टीमां नूं संत बाबा अमरीक सिंह अते संत बाबा तरनजीत सिंह जी ने नगद राशि दे के सन्मानित किया। किसी भी धार्मिक समागम खेड मेले ते सभ्याचारक मेलियां दी कवरेज लई संपर्क करो 98150-23068 98150-23068। इन्हां सारे धार्मिक समागमां अते कबड्डी कप नूं सफलतापूर्वक नेपरे चाढ़न विच बाबा अमरीक सिंह जी मुख सेवादार, बाबा तरनजीत सिंह जी निक्के घुम्मणा वाले, तरसेम सिंह घुम्मण, दिलबाग सिंह घुम्मण, रेशम सिंह घुम्मण, कुलजीत सिंह घुम्मण, कुलदीप सिंह घुम्मण, सुरजीत सिंह घुम्मण, हरजीत सिंह बिजलीवाल, अमृतपाल सिंह, सैवनपाल सिंह, जगतार सिंह बांगोवाणी, शिंगारा सिंह सेखवां, कुलदीप सिंह दाखला अते कृपाल सिंह ढींडसा NRI दा भरवां योगदान रहा। इस मौके ते साडी टीम नाल गल्लबात करदे होए बाबा तरनजीत सिंह जी ने दस्या। गुरद्वारा तप स्थान साहब के मुख सेवादार बाबा अमरीक सिंह जी, समूह संगतां वालों सरबत गुरु नानक नाम लेवा सिखा नू, सिख संगतां नू विसाखी पुरब दियां लख लख वधाइयां। अज निक्के घुम्मणा गुरद्वारा तप स्थान साहब संत बाबा हजारा सिंह जी विखे गुरमत समागम अते नाल कबड्डी कप का आयोजन किया गया। गुरमत समागम विच अनेक रागी जथियां ढाडी जथियां ने गुरु की सात संगतां नू वारां द्वारा कीर्तन द्वारा निहाल किया। कबड्डी कप विच अनेक टीमां ने हिस्सा लिया। गुरमत समागम का जिथे मंतव परमार्थ के रस्ते ते चलना, संगत नू गुरु लाउणा, परमात्मा के रस्ते ते तुरन की जाच दसनी, उत्थे कबड्डी कप का मंतव नौजवानों नू नशियां तो दूर रखना है। जिन्हां संगतां ने समागम विच शमूलीयत की उन्हां संगतां दे असीं सारी तह दिलों धन्नवादी हाँ, शुक्रगुजार हाँ सारिया संगतों नूं जी आयां नूं। अंत में यही बेनती करांगे, समूह गुरु नानक नाम लेवा संगतां अमर छक के गुरु वाले बनो,
ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੋ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਅਖੀਰ ਵਿੱਚ ਗੁਰਦੁਆਰਾ ਤਪ ਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ, ਇਹ ਜੋ ਗੁਰਮਤਿ ਸਮਾਗਮ ਗੁਰਦੁਆਰਾ ਤਪ ਸਥਾਨ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਵਿਖੇ ਕਰਵਾਇਆ ਜਾ ਰਿਹਾ ਹੈ, ਨਿਰੋਲ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਹੈ। ਇਸ ਗੁਰਦੁਆਰਾ ਵਿਖੇ ਜਿੰਨੇ ਵੀ ਸਾਲਾਨਾ ਪ੍ਰੋਗਰਾਮ ਹੁੰਦੇ ਨੇ ਨਿਰੋਲ ਧਾਰਮਿਕ ਹੁੰਦੇ ਨੇ, ਜਿਹਦੇ ਨਾਲ ਗੁਰਮਤਿ ਸਮਾਗਮ ਕਰਾ ਕੇ ਸੰਗਤ ਨੂੰ ਗੁਰੂ ਲੜ ਲਾਇਆ ਜਾਂਦਾ ਹੈ ਅਤੇ ਪ੍ਰਾਣੀਆਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ, ਜਿਸ ਵਿੱਚ ਅੱਜ ਵੀ ਇਸੇ ਤਰ੍ਹਾਂ ਹੀ ਸੁਬਹਾ 4 ਵਜੇ ਤੋਂ ਰਾਗੀ ਸਿੰਘਾਂ ਨੇ ਕੀਰਤਨ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ, ਬਾਅਦ 'ਚ ਢਾਡੀ ਵਾਰਾਂ ਗਾ ਕੇ ਅਨੇਕਾਂ ਜਹਿਆਂ ਨੇ ਸਭ ਸੰਗਤਾਂ ਨੂੰ ਗੁਰੂ ਲੜ ਲਾਇਆ। ਉਸ ਤੋਂ ਬਾਅਦ ਭਾਰੀ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 600 ਅਤੇ 75 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਲੜ ਲੱਗੇ ਨੇ। ਉਸ ਤੋਂ ਬਾਅਦ ਜਿਹੜਾ ਕਬੱਡੀ ਕੱਪ ਕਰਵਾਇਆ ਗਿਆ ਹੈ, ਉਹ ਸਭ ਸੰਗਤਾਂ ਦੀ ਮਦਦ ਨਾਲ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਕਰਵਾਇਆ ਗਿਆ ਹੈ। ਕਬੱਡੀ ਕੱਪ ਕਰਵਾਉਣ ਦਾ ਇਹੀ ਭਾਵ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਕੱਲ੍ਹ ਰੌਲਾ ਪਿਆ ਵਾ ਵੀ ਸਭ ਨਸ਼ਿਆਂ ਦੇ ਵਹਿਣ 'ਚ ਵਗਦੀ ਜਾ ਰਹੀ ਹੈ, ਉਸ ਨੂੰ ਬਚਾਉਣ ਵਾਸਤੇ ਇਹੋ ਜਿਹੇ ਕਬੱਡੀ ਕੱਪ ਕਰਵਾਏ ਜਾਂਦੇ ਹਨ ਅਤੇ ਅੰਮ੍ਰਿਤ ਸੰਚਾਰ ਕਰਵਾਏ ਜਾਂਦੇ ਹਨ। ਮੈਂ ਵਿਸ਼ੇਸ਼ ਧੰਨਵਾਦ ਕਰੂੰਗਾ ਪੰਜਾਂ ਪਿਆਰਾਂ ਦਾ, ਜਿਨ੍ਹਾਂ ਨੇ 675 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ। ਪਹੁੰਚੀਆਂ ਹੋਈਆਂ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ ਸਨ। ਸੰਗਤਾਂ ਨੇ ਬਹੁਤ ਹੀ ਪਿਆਰ ਸਤਿਕਾਰ ਨਾਲ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਿਆ। ਸਾਰੇ ਸੇਵਾਦਾਰਾਂ ਨੇ ਆਪਣੀ ਡਿਊਟੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਰਵਾਏ ਜਾਂਦੇ ਇਹ ਧਾਰਮਿਕ ਸਮਾਗਮ ਅਤੇ ਖੇਡ ਮੇਲਾ ਵਾਕਿਆ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿੱਥੇ ਨੌਜਵਾਨ ਪੀੜ੍ਹੀ ਨੂੰ ਪਰਮਾਰਥ ਨਾਲ ਜੋੜਿਆ ਜਾ ਸਕੇਗਾ, ਉੱਥੇ ਨਾਲ ਹੀ ਆਪਣੀ ਸਿਹਤ ਲਈ ਜਾਗਰੂਕ ਕਰਨਾ ਵੀ ਸੰਤ ਬਾਬਾ ਅਮਰੀਕ ਸਿੰਘ ਜੀ ਦਾ ਪ੍ਰਮੁੱਖ ਉਪਰਾਲਾ ਹੈ। ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਰਵਾਏ ਜਾਂਦੇ ਇਹ ਕਾਰਜ ਵਾਕਿਆ ਸ਼ਲਾਘਾਯੋਗ ਹਨ। ਪਰਮਾਤਮਾ ਇਹਨਾਂ ਦੇ ਕਾਰਜਾਂ ਵਿੱਚ ਸਫਲਤਾ ਬਖਸ਼ੇ। ਕਿਸੇ ਵੀ ਧਾਰਮਿਕ ਸਮਾਗਮ, ਖੇਡ ਮੇਲੇ ਤੇ ਸੱਭਿਆਚਾਰਕ ਮੇਲਿਆਂ ਦੀ ਕਵਰੇਜ ਲਈ ਸੰਪਰਕ ਕਰੋ 98 150 23 068 98 150 23 068।